ਪੰਜਾਬੀ ਗੇਮ ਵਿੱਚ ਤੁਹਾਡਾ ਜੀ ਆਇਆਂ ਨੂੰ। ਤੇ 5 ਸਾਲਾਂ ਦੀ ਵੇਟ ਤੋਂ ਬਾਅਦ ਬੈਟਮੈਨ ਦੀ ਨਵੀਂ ਗੇਮ ਆ ਰਹੀ ਹੈ। ਬੈਟਮੈਨ ਤੋਂ ਬਿਨਾਂ ਗੇਮ ਕਿਸ ਤਰ੍ਹਾਂ ਦੀ ਲੱਗੂਗੀ? ਇਹ ਹੈ ਰੈੱਡ ਹੁੱਡ ਜੋ ਕਿ ਪਿਛਲੇ ਗੇਮ ਵਿੱਚ ਆਰਕਮ ਨਾਈਟ ਵੀ ਬਣਿਆ ਸੀ। ਫੋਨ 'ਤੇ ਪਤਾ ਨਹੀਂ ਹੈ ਕੀ ਦੇਖ ਰਿਹਾ ਹੈ, ਲੱਗਦਾ ਕੋਈ ਮੈਸੇਜ ਪੜ੍ਹ ਰਿਹਾ ਫੋਨ 'ਤੇ। ਇਹ ਤਾਂ ਇਨਕਰਪਟਿਡ ਮੈਸੇਜ ਹੈ ਕਿ ਜੋ ਕਿ ਉਂਗਲੀ ਨਾਲ ਹੀ ਖੁੱਲੂਗਾ। ਓ ਯੈਸ, ਇਹ ਤਾਂ ਬੈਟਮੈਨ ਹੈ। ਇਸ ਗੇਮ ਵਿੱਚ ਥੋੜ੍ਹਾ ਜਿਹਾ ਚੇਂਜ ਕਰ ਦਿੱਤਾ ਹੈ ਇਸ ਨੂੰ। ਇਹ ਕਹਿ ਰਿਹਾ ਅਗਰ ਤੁਸੀਂ ਇਹ ਸੁਣ ਰਹੇ ਹਾਂ ਤਾਂ ਇਹਦਾ ਮਤਲਬ ਮੈਂ ਮਰ ਚੁੱਕਾ ਹੈ। ਇਹ ਸੁਣ ਕੇ ਰੈੱਡ ਹੁੱਡ ਤਾਂ ਟੈਂਸ਼ਨ ਵਿੱਚ ਆ ਗਿਆ। ਇਹ ਬੈਟਮੈਨ ਹੈ, ਉਹ ਕਹਿ ਰਿਹਾ ਕਿ ਕੇਵ ਵਿੱਚ ਆਪਣੇ ਆਪ ਮੈਸੇਜ ਪ੍ਰਸਾਰਿਤ ਹੋ ਰਿਹਾ ਹੈ। ਉਹ ਕਹਿੰਦਾ ਥੋੜ੍ਹਾ ਚਿਰ ਹੀ ਲੱਗਾ ਕ੍ਰਿਮੀਨਲ ਨੂੰ ਪਤਾ ਲੱਗ ਸਕੇ ਕਿ ਬੈਟਮੈਨ ਚਲੇ ਗਿਆ। ਉਹ ਕਹਿ ਰਿਹਾ ਕਿ ਜਿਮ ਗੋਡਨ ਉਸਦੀ ਮੌਤ ਹੋ ਚੁੱਕੀ ਹੈ। ਉਹ ਕਹਿ ਰਿਹਾ ਕਿ ਗੋਥਮ ਨੂੰ ਹੁਣ ਪਹਿਲੇ ਨੂੰ ਵੀ ਜ਼ਿਆਦਾ ਪ੍ਰੋਟੈਕਟਰ ਦੀ ਲੋੜ ਹੈ। ਇਹ ਨਾਈਟਵਿੰਗ ਹੈ ਜੋ ਕਿ ਪਹਿਲਾਂ ਰੋਬਿਨ ਸੀ, ਹੁਣ ਨਾਈਟਵਿੰਗ ਹੈ। ਉਹ ਕਹਿ ਰਿਹਾ ਕਿ ਟੈਕਨੋਲੋਜੀ ਥੋੜ੍ਹੀ ਆਊਟਡੇਟਡ ਹੈ ਪਰ ਗੇਅਰ ਹੈ ਜੋ ਕਿ ਉਸਨੂੰ ਅਪਡੇਟ ਕਰ ਸਕਦੇ ਹਨ। ਇਹ ਹੈ ਨਿਊ ਰੋਬਿਨ ਦੀ ਐਡਰੈਸ। ਉਹ ਆਖਰ ਵਿੱਚ ਉਹਨਾਂ ਨੂੰ ਗੁੱਡ ਲੱਕ ਅਤੇ ਗੁੱਡ ਬਾਏ ਕਹਿ ਰਿਹਾ ਕਿ ਉਹ ਉਹਨਾਂ ਦਾ ਆਖਰੀ ਸਲਾਮ। ਇਸ ਦੇ ਨਾਲ ਹੀ ਬੈਟਮੈਨ ਦਾ ਮੈਸੇਜ ਸਟਾਪ ਹੋ ਜਾਂਦਾ। ਇਹ ਲੱਗਦਾ ਕਿ ਬੈਟ ਵੂਮਨ ਤਿਆਰ ਹੋ ਰਹੀ ਹੈ ਲੜਨ। ਇਹ ਰੋਬਿਨ ਹੈ, ਨਾਈਟਵਿੰਗ ਰੋਬਿਨ ਸਾਰੇ। ਬੱਲੇ ਬੱਲੇ ਤਾਂ ਗੇਮ ਸ਼ੁਰੂ ਹੋਣ ਲੱਗੀ ਬਈ। ਇਹਨਾਂ ਨੇ ਚਿਹਰੇ 'ਤੇ ਮਾਸਕ ਪਾਇਆ ਹੋਇਆ। ਬੱਲੇ ਬੱਲੇ ਇਹ ਆ ਗਿਆ ਸਾਡਾ ਰੋਬਿਨ। ਇਹ ਦਿਖਾਓ ਹੁਣ ਆਪਣੇ ਸਾਰੇ ਕੰਮ। ਆਹ ਚਲਾਇਆ ਰੋਬਿਨ ਨੇ ਆਪਣਾ ਪਹਿਲਾਂ ਕੋਈ ਚੱਕ ਲਿਆ ਉੱਪਰ। ਕੋਪਰੇਟਿਵ ਗੇਮ ਲੱਗਦੀ ਹੈ, ਇਕੱਠੇ ਲੜਨ ਵਾਲੀ ਲੱਗਦੀ। ਫਾਈਟਿੰਗ ਸਟਾਈਲ ਵੀ ਦੇਖਣ ਵਿੱਚ ਬਹੁਤ ਵਧੀਆ ਲੱਗ ਰਿਹਾ। ਜੋ ਕਿ ਲੱਗਦਾ ਕਿ ਰੈੱਡ ਹੁੱਡ ਵੀ ਜਾ ਰਹੇ ਹਨ। ਦੇਖ ਕੇ ਲੱਗਦਾ ਕਿ ਸਿੱਖ ਗੁਰੂ ਨਾਨਕ ਸਿੰਘ ਜੀ ਦੇ ਲੱਗਦਾ ਕਿ ਸਿੱਖ ਦੇਖਣ ਵਿੱਚ ਇੰਨੀ ਸੋਹਣੀ ਚੋਰੀ ਛਿਪੀ ਹੋ ਜਾਂਦੀ ਹੈ। ਜੋ ਕੋਈ ਵੀ ਇਹਨਾਂ ਬਾਰੇ ਜਾਣਕਾਰੀ ਲਾਉਣਾ ਚਾਹੁੰਦਾ ਅਤੇ ਉਸਨੂੰ ਗੈਪ ਕਰ ਦਿੰਦੇ ਆ। ਇਹ ਹੈ ਕੋਰਟ ਆਫ ਵੈਲ ਦਾ ਸਭ ਤੋਂ ਜਾਣਿਆ ਪਛਾਣਿਆ ਬੈਟਮੈਨ ਦਾ ਜ਼ਰੂਰ ਉਹਨਾਂ ਕੋਈ ਸਵਾਲ ਹੋਊਗਾ ਜਾਂ ਤਾਂ ਬੈਟਮੈਨ ਨੂੰ ਗੈਪ ਹੀ ਇਹਨਾਂ ਨੇ ਕੀਤਾ ਹੋਊਗਾ। ਸਭ ਨੂੰ ਇਸ ਗੇਮ ਦਾ ਬੜੀ ਗੁੱਸਾ ਭਰਿਆ ਇੰਤਜ਼ਾਰ ਹੈ। ਲੱਗਦਾ ਇਸ ਵਿੱਚ ਬੰਦੇ ਕੈਦ ਕੀਤੇ ਆ ਸਾਰੇ ਜਣੇ। ਕੋਈ ਵੀ ਉਹਨਾਂ ਦੇ ਰਾਹ ਵਿੱਚ ਆਉਂਦਾ ਮੈਨੂੰ ਲੱਗਦਾ ਇੱਥੇ ਲਿਆ ਕੇ ਟੰਗ ਦਿੰਦੇ ਹੋਵੇ। ਮੈਂ ਤਾਂ ਗੇਮ ਨੂੰ ਲੈ ਕੇ ਬੜਾ ਐਕਸਾਈਟਿਡ ਹਾਂ। ਗੇਮ ਨੂੰ ਦੇਖ ਕੇ ਤਾਂ ਮਜ਼ਾ ਹੀ ਆ ਗਿਆ। ਜੇ ਪਸੰਦ ਆਵੇ ਤਾਂ ਲਾਈਕ ਅਤੇ ਸਬਸਕ੍ਰਾਈਬ।